ਨੇ ਬਹੁਤ ਸਾਰੇ ਅਰੇ ਪਾਰਟਿਸਪੈਂਟਸ ਜਿਹੜੇ ਤੁਹਾਨੂੰ ਦੱਸਦੇ ਨੇ ਇਹ ਕਰਨਾ ਚਾਹੀਦਾ ਇਸ ਤਰੀਕੇ ਨਾਲ ਸਰਕਾਰ ਕਰ ਲਵੇ ਇਹ ਸਾਡੀਆਂ ਸੁਜੈਸ਼ਨਸ ਨੇ ਇਹ ਐਡਵਾਈਸ ਹੈ ਇਹ ਸੋਲੂਸ਼ਨਸ ਬੇਸਡ ਅਪਰੋਚ ਹੈ ਅੱਜ ਸਾਡੇ ਨਾਲ ਕੁਝ ਅਜਿਹੀਆਂ ਹਸਤੀਆਂ ਮੌਜੂਦ ਨੇ ਜਿਹੜੀਆਂ ਐਡਵਾਈਸ ਨਹੀਂ ਦਿੰਦੀਆਂ ਜਿਨ੍ਹਾਂ ਨੇ ਕਰਕੇ ਦਿਖਾਇਆ ਕਮਿਊਨਿਟੀ ਐਕਟੀਵਿਜ਼ਮ ਸੋਸ਼ਲ ਸਰਵਿਸ ਜਿਨ੍ਹਾਂ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਸਮਾਜ ਦੇ ਨਾਮ ਕਰ ਸਮਾਜ ਦੀਆਂ ਲੋਕਾਂ ਦੇ ਸਰੋਕਾਰਾਂ ਨੂੰ ਚੁੱਕਿਆ ਤੇ ਉਹਨਾਂ ਦੇ ਉੱਤੇ ਜੀਵਨ ਭਰ ਕੰਮ ਕੀਤਾ ਤੇ ਸਾਬਤ ਕੀਤਾ ਕਿ ਡੂਅਰਸ ਕੁਝ ਅਲੱਗ ਕਿਸਮ ਦੇ ਲੋਕ ਹੁੰਦੇ ਨੇ ਤੇ ਅਕਸਰ ਤੁਹਾਡੇ ਸਾਡੇ ਵਰਗੇ ਹੀ ਲੋਕ ਹੁੰਦੇ ਨੇ ਇਹਨਾਂ ਹੀ ਕੁਝ ਹਸਤੀਆਂ ਵਿੱਚ ਅੱਜ ਤਿੰਨ ਉੱਗੀਆਂ ਸ਼ਖਸੀਅਤਾਂ ਸਾਡੇ ਨਾਲ ਨੇ ਡਾਕਟਰ ਗੌਰਵ ਛਾਬੜਾ MBBS ਡਾਕਟਰ ਗੌਰਵ ਛਾਬੜਾ ਫਿਲਮ ਮੇਕਰ ਨੇ ਇੰਡੀਪੈਂਡੈਂਟ ਤੇ ਫਿਲਮਾਂ ਦੇ ਥਰੂ ਤੇ ਕਮਿਊਨਿਟੀ ਹੈਲਥ ਦੇ ਵਿੱਚ ਆਪਣੇ ਐਕਟੀਵਿਜ਼ਮ ਦੇ ਥਰੂ ਇੱਕ ਅਜਿਹੀ ਲੋਕਧਾਰਾ ਨੂੰ ਜਨਮ ਦੇ ਰਹੇ ਨੇ ਚੰਡੀਗੜ੍ਹ ਨੂੰ ਆਪਣੀ ਕਰਮ ਭੂਮੀ ਬਣਾ ਕੇ ਕਿਸ ਢੰਗ ਤਰੀਕੇ ਦੇ ਨਾਲ ਨਵੇਂ ਸਮਾਜ ਦੀ ਸਿਰਜਣਾ ਵੱਲ ਨੂੰ ਵਧਿਆ ਜਾ ਸਕਦਾ ਹੈ ਇਹਦੇ ਬਾਰੇ ਬਹੁਤ ਸਾਰੀਆਂ ਲੀਆਂ ਤੋਂ ਇਹਨਾਂ ਨੇ ਸਾਨੂੰ ਆਪਣੇ ਕੰਮ ਦੌਰਾ ਜਾਣੂ ਕਰਵਾਇਆ ਇਹਨਾਂ ਦੇ ਕੰਮ ਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਨੇ ਡਾਕਟਰ ਹੇਮੰਤ ਗੋਸਵਾਮੀ ਜੀ 19ਵੀਂ ਸਦੀ ਦੇ ਮਹਾਨ ਸ਼੍ਰੀ ਰਾਮ ਤੀਰਥ ਜੀ ਦੇ ਪਰਿਵਾਰ ਦੇ ਵਿੱਚੋਂ ਡਾਕਟਰ ਹੇਮੰਤ ਗੋਸਵਾਮੀ ਚੰਡੀਗੜ੍ਹ ਦੇ ਵਿੱਚ ਉਹ ਸ਼ਖਸ ਨੇ ਜਿਨ੍ਹਾਂ ਨੇ ਚੰਡੀਗੜ੍ਹ ਨੂੰ ਦੇਸ਼ ਭਰ ਦੇ ਹੀ ਨਹੀਂ ਸਾਰੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਪਹਿਲੀ ਵਾਰੀ ਕਿਸੇ ਸ਼ਹਿਰ ਨੂੰ ਸਮੋਕਿੰਗ ਫ੍ਰੀ ਸ਼ਹਿਰ ਸਿਗਰਟ ਤੋਂ ਤਮਾਕੂ ਤੋਂ ਫ੍ਰੀ ਸ਼ਹਿਰ ਬਣਾਉਣ ਦੇ ਵਿੱਚ ਮਦਦ ਕੀਤੀ ਹੈ ਕੋਰਟਸ ਨੇ ਵੀ ਇਹਨਾਂ ਦੇ ਕੰਮ ਦਾ ਬਹੁਤ ਸਾਰਾ ਜਾਇਜ਼ਾ ਲਿਆ ਤੇ ਇੱਕ ਤੋਂ ਬਾਅਦ ਇੱਕ ਬਹੁਤ ਸਾਰੇ ਸਰਕਾਰਾਂ ਦੇ ਵੱਡੇ ਸਕੈਂਡਲਾਂ ਤੋਂ ਇਹਨਾਂ ਨੇ ਪਰਦਾ ਹਟਾਇਆ ਕਮਿਊਨਿਟੀ ਐਕਟੀਵਿਜ਼ਮ ਦੇ ਥਰੂ ਕਿਸ ਢੰਗ ਤਰੀਕੇ ਦੇ ਨਾਲ RTI ਨੂੰ ਹੋਰ ਕਾਨੂੰਨਾਂ ਨੂੰ ਜੁਡੀਸ਼ੀਅਲ ਐਕਟੀਵਿਜ਼ਮ ਨੂੰ ਇਹ ਕਮਿਊਨਿਟੀ ਐਕਟੀਵਿਜ਼ਮ ਲਈ ਵਰਤਦੇ ਨੇ ਇਸ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਨੇ ਨਵਦੀਪ ਅਸੀਜਾ ਜੀ ਪੰਜਾਬ ਦੇ ਬੈਕ ਆਫ ਦਾ ਬਿਯੋਂਡ ਛੋਟੇ ਜਿਹੇ ਫਾਜ਼ਿਲਕਾ ਡਿਸਟ੍ਰਿਕਟ ਤੋਂ ਆਏ ਨਵਦੀਪ ਅਸੀਜਾ ਜੀ ਨੇ ਇਹ ਕੁਝ ਇਸ ਢੰਗ ਤਰੀਕੇ ਦੇ ਨਾਲ ਆਪਣੇ ਸਮਾਜ ਨੂੰ ਸਮਝਿਆ ਤੇ ਅੰਤ ਨਜ਼ਰ ਪਾਈ ਜ਼ਿੰਦਗੀ ਦੇ ਹਾਸ਼ੀਏ ਤੇ ਧੱਕੇ ਉਸ ਆਖਰੀ ਮਨੁੱਖ ਵੱਲ ਜਿਸ ਨੂੰ ਤੁਸੀਂ ਰਿਕਸ਼ੇ ਵਾਲਾ ਕਹਿੰਦੇ ਹੋ ਜਿਸ ਦਾ ਰਿਕਸ਼ਾ ਪਿਛਲੇ 50 ਸਾਲਾਂ ਵਿੱਚ ਨਹੀਂ ਸੀ ਬਦਲਿਆ ਤੇ ਨਵਦੀਪ ਅਸੀਜਾ ਜੀ ਨੇ ਦਿਖਾਇਆ ਕਿ ਕਿਵੇਂ ਇਸ ਕਿਸਮ ਦੀ ਟਰਾਂਸਪੋਰਟ ਦੇ ਮੋਡ ਨੂੰ ਅਸੀਂ ਅੱਜ ਦੇ ਸਰੋਕਾਰਾਂ ਦੇ ਨਾਲ ਜੋੜ ਕੇ ਇੱਕ ਨਵੇਂ ਰੈਵੋਲੂਸ਼ਨਰੀ ਵੇ ਦੇ ਵਿੱਚ ਪ੍ਰੈਜੈਂਟ ਕਰ ਸਕਦੇ ਹਾਂ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਹਨਾਂ ਦੇ ਕੰਮ ਦਾ ਨੋਟਿਸ ਲਿਆ ਉਸ ਤੋਂ ਅੱਗੇ ਇਹਨਾਂ ਦੀਆਂ ਪਾਈਆਂ ਇਹ ਲੀਆਂ ਦੇ ਉੱਤੇ ਕੰਮ ਕਿਵੇਂ ਚੱਲ ਰਿਹਾ ਇਸ ਬਾਰੇ ਚਰਚਾ ਕਰਾਂਗੇ ਡਾਕਟਰ ਗੌਰਵ ਛਾਬੜਾ ਜੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਕਮਿਊਨਿਟੀ ਐਕਟੀਵਿਜ਼ਮ ਤੁਸੀਂ ਕਮਿਊਨਿਟੀ ਐਕਟੀਵਿਸਟ ਹੋ ਕਦੀ ਤੁਹਾਡੇ ਵਰਗੇ ਲੋਕ ਦੇਸ਼ ਦੇ ਵਿੱਚ ਵੱਡਾ ਇਨਕਲਾਬ ਲਿਆਉਣ ਦੀਆਂ ਗੱਲਾਂ ਕਰਦਾ ਸੀ ਅੱਜ ਜਿਨ੍ਹਾਂ ਨੇ ਇਨਕਲਾਬ ਲਿਆਉਣਾ ਉਹ ਕਮਿਊਨਿਟੀ ਐਕਟੀਵਿਜ਼ਮ ਦੀਆਂ ਗੱਲਾਂ ਕਰਦੇ ਨੇ ਤੁਹਾਨੂੰ ਲੱਗਦਾ ਹੈ ਨਵੇਂ ਸਮਾਜ ਦੀ ਸਿਰਜਣਾ ਕਮਿਊਨਿਟੀ ਐਕਟੀਵਿਜ਼ਮ ਦੇ ਥਰੂ ਕੀਤੀ ਜਾ ਸਕਦੀ ਹੈ ਬਿਲਕੁਲ ਕੀਤੀ ਜਾ ਸਕਦੀ ਹੈ ਜੇ ਜਿਹੜੇ ਸਿਟੀਜ਼ਨਸ ਹੈਗੇ ਉਹ ਇਹਦੇ ਵੱਧ ਚੜ੍ਹ ਕੇ ਪਾਰਟਿਸਿਪੇਟ ਕਰਨ ਅੱਜ ਦੀ ਡੇਟ 'ਚ ਜਿਹੜੀ ਪ੍ਰੋਬਲਮ ਹੈਗੀ ਸਿਟੀਜ਼ਨ ਐਕਟੀਵਿਜ਼ਮ ਵਿੱਚ ਉਹ ਇਹ ਹੈਗੀ ਕਿ ਲੋਕ ਅਵੇਅਰ ਤਾਂ ਹੈਗੇ ਜਾਗਰੂਕ ਹੈਗੇ ਲੇਕਿਨ ਇੱਕ ਤਰ੍ਹਾਂ ਤੋਂ ਉਹ ਜਾਗੇ ਹੋਏ ਨੇ ਤੇ ਰੁਕੇ ਹੋਏ ਨੇ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਜਦ ਤੱਕ ਉਹਨਾਂ ਦੀ ਜਾਣਦੇ ਨੇ ਕੀ ਗਲਤ ਹੈ ਪਰ ਠੀਕ ਕਰਨ ਲਈ ਆਪ ਅੱਗੇ ਨਹੀਂ ਆਏ ਉਹਨਾਂ ਕੋਲ ਨੋਲੇਜ ਹੈਗੀ ਸਾਰਾ ਡਾਟਾਬੇਸ ਹੈਗਾ ਕਿ ਇਹ ਗਲਤ ਹੋ ਰਿਹਾ ਉਹਨਾਂ ਨੂੰ ਸਭ ਦਿਸ ਰਿਹਾ ਲੇਕਿਨ ਉਹਨੂੰ ਐਕਸ਼ਨ ਇਸ ਟ੍ਰਾਂਸਲੇਟ ਨਹੀਂ ਕਰ ਰਹੇ ਹੈਗੇ ਜੀ ਉਹ ਜਿਹੜਾ ਲੈਕ ਆਫ ਐਕਸ਼ਨ ਹੈਗਾ ਉੱਥੇ ਐਕਟੀਵਿਜ਼ਮ ਸਭ ਤੋਂ ਵੱਡੀ ਮਾਰ ਖਾਂਦਾ ਹੈਗਾ ਜੀ ਉਹ ਸਟੈਪ ਨੂੰ ਓਵਰਕਮ ਕਰ ਸਕਣ ਜਿਹੜੇ ਲੋਕੀ ਹੈਗੇ ਸਿਟੀਜ਼ਨ ਸਭ ਇਕੱਠੇ ਇੰਡੀਵਿਜੁਅਲ ਲੈਵਲ ਤੇ ਅੱਗੇ ਆਣ ਤੇ ਸਿਟੀਜ਼ਨ ਐਕਟੀਵਿਜ਼ਮ ਚੇਂਜ ਲਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਤੁਸੀਂ ਕਮਿਊਨਿਟੀ ਹੈਲਥ ਦੇ ਫੀਲਡ ਵਿੱਚ ਕੰਮ ਕੀਤਾ ਤੁਸੀਂ ਖੁਦ ਕੁਆਲੀਫਾਈਡ ਡਾਕਟਰ ਹੋ MBBS ਕੀਤੀ ਹੈ ਤੁਸੀਂ ਸ਼ਾਇਦ MSc ਸਾਈਕੋਥੈਰੇਪੀ ਵੀ ਹੋ ਸ਼ਾਇਦ ਸਮਾਜ ਦੇ ਇਸ ਕਿਸਮ ਦੀ ਮਾਨਸਿਕਤਾ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ ਇਨਕਲੈਬ ਵਰਗੀ ਤੁਸੀਂ ਫਿਲਮ ਬਣਾਈ ਹੈ ਹਾਂਜੀ ਬਹੁਤ ਸਾਰੇ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਦੇ ਵਿੱਚ ਗਈ ਹੈ ਦੇਸ਼ ਦੇ ਵਿੱਚ ਇਹਦੀ ਬੜੀ ਚਰਚਾ ਹੋ ਰਹੀ ਹੈ ਸੈਂਸਰ ਬੋਰਡ ਨੇ ਤੁਹਾਨੂੰ ਸਰਟੀਫਿਕੇਟ ਨਹੀਂ ਦਿੱਤਾ ਇਸ ਕਰਕੇ ਕੋਈ ਚਰਚਾ ਹੋਰ ਵੀ ਵਧੇਰੇ ਹੋਈ ਹੈ ਤੁਹਾਨੂੰ ਲੱਗਦਾ ਜਿਸ ਕਿਸਮ ਦੇ ਸਰੋਕਾਰ ਤੁਸੀਂ ਆਪਣੀ ਫਿਲਮ ਦੁਆਰਾ ਦਿਖਾਏ ਨੇ ਸਾਡਾ ਅੱਜ ਦਾ ਨੌਜਵਾਨ ਕੀ ਅੰਦਰੋਂ ਭੜਕਿਆ ਹੋਇਆ ਕੀ ਕਮਿਊਨਿਟੀ ਐਕਟੀਵਿਜ਼ਮ ਜੇ ਉਹਨੂੰ ਨਹੀਂ ਮਿਲਦਾ ਐਜ਼ ਅ ਜ਼ਰੀਆ ਤੇ ਉਹ ਕਿਸੇ ਹੋਰ ਪਾਸੇ ਵੀ ਜਾ ਸਕਦਾ ਬੰਦੂਕ ਵੀ ਚੁੱਕ ਸਕਦਾ ਬਿਲਕੁਲ
ਆਪਾਂ ਜਿਹੜੀ ਫਿਲਮ ਬਣਾਈ ਸੀ ਇੰਕ ਲੈਬ, ਉਹ 1929 ਦਾ ਜਿਹੜਾ ਅਸੈਂਬਲੀ ਬੰਬਿੰਗ ਕੇਸ ਸੀ ਸ਼ਹੀਦ ਭਗਤ ਸਿੰਘ ਜੀ ਦਾ, ਉਹਦੇ ਉੱਤੇ ਬਣਾਈ ਸੀ, ਅਤੇ ਜਿਹੜਾ ਸੈਂਟਰਲ ਆਈਡੀਆ ਸੀ ਉਹ ਸੀਗਾ ਲੌਂਗ ਲਿਵ ਰੈਵੋਲਿਊਸ਼ਨ ਜੀ। ਬਟ ਅੱਜ ਦੀ ਡੇਟ ਇਜ ਜਿਹੜਾ ਰੈਵੋਲਿਊਸ਼ਨ ਵਰਡ ਹੈ ਉਹ ਬਹੁਤ ਹੀ ਮਿਸਅੰਡਰਸਟੂਡ ਹੈ। ਜਦ ਰੈਵੋਲਿਊਸ਼ਨ ਦੀ ਗੱਲ ਹੁੰਦੀ ਹੈ ਲੋਕਾਂ ਨੂੰ ਯਾਦ ਆਉਂਦਾ ਬਲੱਡ ਸ਼ੈਡ, ਉਹਨਾਂ ਨੂੰ ਲੱਗਦਾ ਅਨਰੈਸਟ ਇੱਕ ਕ੍ਰੀਏਟ ਕਰਨਾ ਸੁਸਾਇਟੀ ਵਿੱਚ, ਜਦਕਿ ਇਸ ਤਰ੍ਹਾਂ ਨਹੀਂ ਹੈਗਾ। ਰੈਵੋਲਿਊਸ਼ਨ ਦਾ ਜਿਹੜਾ ਐਕਚੁਅਲ ਮੀਨਿੰਗ ਹੈ ਉਹ ਹੈਗਾ ਸੁਸਾਇਟੀ ਵਿੱਚ ਪੀਸ ਕ੍ਰੀਏਟ ਕਰਨਾ। ਪੀਸ ਸਿਰਫ ਇੱਕ ਵਰਗ ਦੇ ਵਾਸਤੇ ਨਹੀਂ, ਸਾਰਿਆਂ ਵਾਸਤੇ ਬਰਾਬਰੀ ਕ੍ਰੀਏਟ ਕਰਨਾ ਜੀ, ਅਤੇ ਰੈਵੋਲਿਊਸ਼ਨ ਦਾ ਉਹੀ ਐਕਚੁਅਲ ਮੀਨਿੰਗ ਹੈਗਾ ਜੀ। ਉਸ ਮੀਨਿੰਗ ਨੂੰ ਦਰਸਾਉਣ ਦੀ ਕੋਸ਼ਿਸ਼ ਸੀਗੀ, ਕਮਿਊਨਿਟੀ ਐਕਟੀਵਿਜ਼ਮ ਦੇ ਥਰੂ ਆ ਸਕਦਾ, ਬਿਲਕੁਲ ਆ ਸਕਦਾ। ਡਾਕਟਰ ਹਿੰਮਤ ਗੋਸਵਾਮੀ, ਤੁਸੀਂ ਤਾਂ ਆਫਕੋਰਸ ਸਾਬਿਤ ਕੀਤਾ ਆਪਣੀ ਜ਼ਿੰਦਗੀ ਨਾਲ ਕਿ ਕਮਿਊਨਿਟੀ ਐਕਟੀਵਿਜ਼ਮ ਨਾਲ ਕੀ ਕੀ ਕੀਤਾ ਜਾ ਸਕਦਾ, ਪਰ ਬਰਨਿੰਗ ਬ੍ਰੇਨ ਸੁਸਾਇਟੀ ਵਰਗੀ ਜਿਹੜੀ ਮੂਵਮੈਂਟ ਹੈ ਇਹਨੂੰ ਤੁਸੀਂ ਹੈਡ ਕਰਦੇ ਹੋ, ਐਨ ਜੀ ਓ ਨੂੰ ਹੈਡ ਕਰਦੇ ਹੋ, ਚੰਡੀਗੜ੍ਹ ਨੂੰ ਸਮੋਕਿੰਗ ਫਰੀ ਜ਼ੋਨ ਬਣਾਉਣ ਦੇ ਵਿੱਚ ਤੁਹਾਡਾ ਬੜਾ ਵੱਡਾ ਹੱਥ ਹੈ, ਤੰਬਾਕੂ ਦੇ ਖਿਲਾਫ ਯੂ ਆਰ ਵਨ ਆਫ ਦਾ ਫੋਰਮੋਸਟ ਵਾਇਸਿਸ ਇਨ ਦਾ ਕੰਟਰੀ, ਪਰ ਸਾਡਾ ਕਮਿਊਨਿਟੀ ਐਕਟੀਵਿਜ਼ਮ ਕੁਝ ਕੁ ਇਸ਼ੂਜ਼ ਦੇ ਉੱਤੇ ਆ ਕੇ ਕਿਉਂ ਖੜਾ ਹੋ ਜਾਂਦਾ? ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਇਸ਼ੂ 'ਤੇ ਆ ਕੇ ਖੜਾ ਹੋ ਜਾਂਦਾ ਜੀ। ਇਸ਼ੂਜ਼ ਆਰ ਵਾਈਟ ਐਂਡ ਜਿੱਥੇ ਵੀ ਨਜ਼ਰ ਜਾਂਦੀ ਹੈ, ਜਿੱਥੇ ਕੰਮ ਕੋਈ ਗਲਤੀ ਨਜ਼ਰ ਆਉਂਦੀ ਹੈ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜਿਹੜਾ ਵੀ ਬੰਦਾ ਸਮਾਜ ਲਈ ਸੈਂਸਿਟਿਵ ਹੈ ਉਹ ਕਿਸੇ ਵੀ ਚੀਜ਼ ਨੂੰ ਨਕਾਰ ਨਹੀਂ ਸਕਦਾ, ਇਹ ਨਹੀਂ ਕਹਿ ਸਕਦਾ ਇਹ ਮੇਰਾ ਇਸ਼ੂ ਨਹੀਂ ਹੈ, ਇਹ ਮੇਰਾ ਸਿਲੇਬਸ ਨਹੀਂ ਹੈ। ਸਿਲੇਬਸ ਜਿਹੜਾ ਹੈ ਉਹ ਆਪਣਾ ਕਲਾਸ ਅਤੇ ਕਾਲਜ ਵਿੱਚ ਅਤੇ ਸਕੂਲ ਵਿੱਚ ਹੁੰਦਾ, ਰੀਅਲ ਲਾਈਫ ਦਾ ਕੋਈ ਸਿਲੇਬਸ ਨਹੀਂ ਹੈ। ਤਾਂ ਤੁਹਾਨੂੰ ਲੱਗਦਾ ਸਾਡਾ ਨਾਗਰਿਕ ਆਪਣੇ ਸਿਲੇਬਸ ਨੂੰ ਸਮਝ ਰਿਹਾ, ਉਹਨੂੰ ਇਹ ਚਿੰਤਾ ਵੀ ਹੈ ਕਿ ਮੇਰਾ ਹਰ ਰੋਜ਼ ਇਮਤਿਹਾਨ ਹੁੰਦਾ ਐਜ਼ ਆ ਨਾਗਰਿਕ? ਉਹ ਉਹਦੇ ਨਾਲ ਐਜੂਕੇਸ਼ਨ ਸਿਸਟਮ ਵੀ ਸਾਡਾ ਜੁੜਿਆ ਹੋਇਆ ਹੈ, ਪੋਲੀਟੀਕਲ ਇਨਵਾਇਰਮੈਂਟ, ਸੋਸ਼ਲ ਇਨਵਾਇਰਮੈਂਟ, ਫੈਮਿਲੀ ਇਨਵਾਇਰਮੈਂਟ, ਬੜੀ ਸਾਰੀ ਚੀਜ਼ਾਂ ਜੁੜੀਆਂ ਹੋਈਆਂ, ਉਸ 'ਤੇ ਵੀ ਮੈਂ ਆਵਾਂਗਾ ਜੀ। ਪਹਿਲੇ ਗੱਲ ਇਹ ਆ ਗਈ ਕਿ ਜਿਹੜਾ ਤੁਸੀਂ ਪਹਿਲਾ ਸਵਾਲ ਪੁੱਛਿਆ ਜੀ, ਅਤੇ ਜਿਹੜਾ ਬੰਦਾ ਸੋਸ਼ਲੀ ਸੈਂਸਿਟਿਵ ਹੈ ਉਹ ਇੱਕ ਥਾਂ 'ਤੇ ਆ ਕੇ ਰੁਕੇਗਾ ਨਹੀਂ, ਜੇ ਕੋਈ ਗਲਤ ਦੇਖੇਗਾ ਉਹ ਆਵਾਜ਼ ਆਪਣੀ ਬੁਲੰਦ ਕਰੇਗਾ ਅਤੇ ਉਹਨੂੰ ਲੈ ਕੇ ਵੀ ਆਏਗਾ, ਅੱਗੇ ਵੀ ਲੈ ਕੇ ਆਏਗਾ। ਦਿੱਕਤ ਇਹ ਹੁੰਦੀ ਹੈ ਕਿ ਥੋੜੇ ਜਿਹੇ ਐਕਟੀਵਿਸਟ ਹੈ ਜਿਹਨਾਂ ਨੂੰ ਤੁਸੀਂ ਐਕਟੀਵਿਸਟ ਲੇਬਲ ਕਰਦੇ ਹੋ, ਪੂਰੇ ਹਿੰਦੁਸਤਾਨ ਵਿੱਚ ਤੁਸੀਂ ਗਿਣਤੀ ਕਰਨੀ ਸ਼ੁਰੂ ਕਰੋਗੇ ਤਾਂ ਆਈ ਐਮ ਸ਼ੋਰ ਤੁਸੀਂ ਆਪਣੀ ਕਿਤਾਬ ਦੇ 3-4 ਪੰਨਿਆਂ ਵਿੱਚ ਤੁਸੀਂ ਸਾਰੀ ਗਿਣਤੀ ਕਰ ਸਕਦੇ। ਇਹੀ ਕਮਿਊਨਿਟੀ ਐਕਟੀਵਿਜ਼ਮ ਦਾ ਫੇਲਰ ਹੈ ਸਭ ਤੋਂ ਵੱਡਾ। ਬਿਲਕੁਲ ਉਹੀ ਕਹਿ ਰਿਹਾ ਜੀ। ਤੇ ਜਦ ਤੁਸੀਂ ਜਦ ਨੰਬਰ ਆਫ ਐਕਟੀਵਿਸਟ ਜਾਂ ਨੰਬਰ ਆਫ ਪੀਪਲ ਹੂ ਆਰ ਸੋ ਸੋਸ਼ਲੀ ਸੈਂਸਿਟਿਵ ਕਿ ਉਹ ਜਾ ਕੇ ਕਿਸੇ ਚੀਜ਼ 'ਤੇ ਐਕਸ਼ਨ ਕਰਦੇ ਨੇ, ਉਹ ਇੰਨੇ ਘੱਟ ਨੇ, ਤੇ ਫਿਰ ਤੁਸੀਂ ਆਪਣੀ ਜ਼ਿੰਦਗੀ, ਹਰ ਆਦਮੀ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੰਮ ਕਰ ਸਕਦਾ? ਮੈਂ 10 ਚੀਜ਼ਾਂ, 15 ਚੀਜ਼ਾਂ, 20 ਚੀਜ਼ਾਂ, 50 ਚੀਜ਼ਾਂ ਕਰ ਸਕਦਾ ਪੂਰੀ ਜ਼ਿੰਦਗੀ ਵਿੱਚ? ਆਈ ਕਾਂਟ ਸੋਲਵ ਆਲ ਦਾ ਪ੍ਰੋਬਲਮਸ ਬਿਕੋਜ਼ ਆਈ ਡੋਂਟ ਹੈਵ ਪਾਵਰ, ਆਈ ਐਮ ਨੋਟ ਇਨ ਦਾ ਗਵਰਨਮੈਂਟ, ਆਈ ਐਮ ਨੋਟ ਇਨ ਡਿਸੀਜਨ ਮੇਕਿੰਗ, ਆਈ ਹੈਵ ਟੂ ਫਾਈਟ ਫਾਰ ਐਵਰੀਥਿੰਗ। ਜਦ ਅਸੀਂ ਹਰ ਚੀਜ਼ ਲਈ ਫਾਈਟ ਕਰ ਰਹੇ ਹਾਂ, ਹਰ ਚੀਜ਼, ਜਿਹੜਾ ਵੀ ਕੰਮ ਕਰਨਾ ਅੱਗੇ, 50 ਪ੍ਰੋਬਲਮ ਹੈ, 50 ਲੋਕਾਂ ਨਾਲ ਤੁਸੀਂ ਲੜੋਗੇ, ਸਰਕਾਰਾਂ ਨਾਲ ਲੜੋਗੇ, ਫਿਰ ਕਰਕੇ ਫਿਰ ਕਿੱਥੇ ਜਾ ਕੇ ਤੁਹਾਨੂੰ ਇੱਕ ਚੀਜ਼ ਦਾ ਰਿਜ਼ਲਟ ਆਉਂਦਾ ਜੀ? ਇੰਨੀ ਜਦੋ ਜਹਿਦ ਦੇ ਬਾਅਦ ਜਦ ਰਿਜ਼ਲਟ ਆਏਗਾ ਤਾਂ ਮੈਂ ਸਰਟਨਲੀ ਮੇਰੀ ਲਿਮਿਟ, ਮੇਰੇ ਜਿਹੜਾ ਪੋਟੈਂਸ਼ੀਅਲ ਹੈ ਉਹ ਵੀ ਲਿਮਿਟ ਹੋ ਜਾਂਦਾ ਹੈ। ਇਵਨ ਇਫ ਆਈ ਵਾਂਟ ਟੂ ਡੂ ਮੋਰ, ਆਈ ਐਮ ਸਟਕ ਇਨ ਆਲ ਦੈਟ ਕੋਗਵੈਬ। ਨਵਦੀਪ ਅਸੀਜਾ ਜੀ, ਤੁਸੀਂ ਇੱਕ ਅਜਿਹੇ ਇੰਸਟੀਚਿਊਟ ਤੋਂ ਆਏ ਹੋ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ, ਜਿਸ ਤੋਂ ਨਿਕਲ ਕੇ ਲੋਕਾਂ ਨੂੰ ਲੱਖਪਤੀ ਬਣਨ ਦੇ ਅਤੇ ਲੱਖਾਂ ਵਾਲੀਆਂ ਨੌਕਰੀਆਂ ਲੈਣ ਦੇ ਖੁਆਬ ਸਾਹਮਣੇ ਦਿਖਾਈ ਦੇ ਰਹੇ ਹੁੰਦੇ ਨੇ, ਰਿਐਲਿਟੀ ਬਣ ਰਿਹਾ ਹੁੰਦਾ, ਅਤੇ ਤੁਸੀਂ ਜਾ ਕੇ ਫਾਜ਼ਿਲਕਾ ਦੇ ਵਿੱਚ ਰਿਕਸ਼ਿਆਂ ਬਾਰੇ ਕੰਮ ਕਰਨ ਲੱਗ ਪਏ ਕਿ ਸਸਤਾ, ਹਲਕਾ, ਟਿਕਾਊ, ਇਨਵਾਇਰਮੈਂਟ ਫਰੈਂਡਲੀ ਰਿਕਸ਼ਾ ਕਿਵੇਂ ਬਣਾਇਆ ਜਾਵੇ? ਤੁਹਾਨੂੰ ਲੱਗਦਾ ਸਮਾਜ ਇਹਨਾਂ ਢੰਗ ਤਰੀਕੇ ਨਾਲ ਬਦਲ ਸਕਦਾ? ਬਿਲਕੁਲ ਜੀ, ਪਹਿਲੀ ਗੱਲ ਤਾਂ ਜਿਹੜੀ ਇੱਕ ਪਰਸੈਪਸ਼ਨ ਹੈ ਰਿਕਸ਼ਾ ਲਈ, ਮੇਰਾ ਕੋਸ਼ਿਸ਼ ਹੋਈ ਸੀ ਕਿ ਬਦਲਣਾ ਉਹਨੂੰ ਬਹੁਤ ਜ਼ਰੂਰੀ, ਔਰ ਮੇਰਾ ਹੋਮ ਟਾਊਨ ਹੈ ਤਾਂ ਇੱਕ ਮੈਨੂੰ ਇਹ ਜੀ ਗਰਾਊਂਡ ਸੀ ਜਿੱਥੇ ਕਾਫੀ ਕੰਡੀਸ਼ਨ ਫੇਵਰੇਬਲ ਸੀ, ਜਿੱਥੋਂ ਮੈਂ ਸਟਾਰਟ ਕਰ ਸਕਦਾ ਸੀ, ਸ਼ਾਇਦ ਬਾਕੀ ਜਗ੍ਹਾ ਤੋਂ ਕੁਛ ਕਰਦਾ ਤਾਂ ਕਾਫੀ ਐਨਰਜੀ ਹੋਰ ਪਾਸੇ ਡਾਇਲਿਊਟ ਹੋ ਸਕਦੀ ਸੀ, ਜੋ ਮੈਨੂੰ ਉੱਥੇ ਫੋਕਸਡ ਕਰਨ ਦਾ ਮੌਕਾ ਮਿਲਿਆ। ਔਰ ਜਿਸ ਤਰ੍ਹਾਂ ਰਿਕਸ਼ਾ ਦੀ ਗੱਲ ਹੈ ਤਾਂ ਅੱਜ ਅਗਰ ਪੰਜਾਬ 'ਚ ਕਰੀਬ 3 ਕਰੋੜ ਇੱਕ ਟ੍ਰਿਪ ਜਨਰੇਟ ਹੁੰਦੇ ਨੇ ਅਸੀਂ ਰੋਜ਼, ਨਹੀਂ ਟੋਟਲ ਸਾਰੇ ਤਰ੍ਹਾਂ ਦੇ ਪੈਦਲ ਸਾਈਕਲ 'ਤੇ ਉਹਨਾਂ 'ਚੋਂ ਕਰੀਬ 60 ਲੱਖ ਟ੍ਰਿਪ ਸਿਰਫ ਰਿਕਸ਼ਾ 'ਤੇ ਹੀ ਚੱਲ ਰਹੇ ਨੇ। ਤਾਂ ਅਗਰ ਤੁਸੀਂ ਉਹਨੂੰ ਤੁਸੀਂ ਫਾਈਨੈਂਸ਼ੀਅਲੀ ਪੁਆਇੰਟ ਆਫ ਵਿਊ ਨੂੰ ਦੇਖ ਲਓ ਤਾਂ ਇੱਕ ਬਹੁਤ ਵੱਡੀ ਪਾਪੂਲੇਸ਼ਨ ਇਸ ਕੰਟਰੀ ਦੀ, ਪੰਜਾਬ ਦੀ ਵੀ ਕਰੀਬ ਦੇਖਿਆ ਜਾਵੇ ਤਾਂ ਕਰੀਬ 3 ਲੱਖ ਰਿਕਸ਼ਾ ਪਰਿਵਾਰ, ਅਗਰ ਇੱਕ ਪਰਿਵਾਰ ਦਾ ਸਾਈਜ਼ ਅਸੀਂ 5 ਲਈਏ ਤਾਂ ਕਰੀਬ 15-20 ਲੱਖ ਲੋਕ ਸਿਰਫ ਔਰ ਸਿਰਫ ਰਿਕਸ਼ਾ ਦੇ ਨਾਲ ਸਿੱਧੇ ਤੌਰ 'ਤੇ ਰੋਜ਼ਗਾਰ ਨਾਲ ਜੁੜੇ ਹੋਏ ਨੇ, ਅਤੇ ਅਸਿੱਧੇ ਨਾਲ ਵੀ ਜੁੜੇ ਹੋਏ 30 ਲੱਖ ਪਾਪੂਲੇਸ਼ਨ ਜੀ।
2 ਕਰੋੜ 70 ਲੱਖ ਅਗਰ ਪਾਪੂਲੇਸ਼ਨ ਇਹ ਲੋਕ ਆ ਜਿਨ੍ਹਾਂ ਦੀ ਅਸੀਂ ਕਦੀ ਗਿਣਤੀ ਵੀ ਨਹੀਂ ਕਰਦੇ ਕਦੀ ਸੋਚਦੇ ਵੀ ਨਹੀਂ ਕਿ ਅਗਰ ਇਹ ਕਹਿਣਾ ਕਿ ਉਹ ਤਾਂ ਮੈਂ ਤਾਂ ਇੱਕ ਬਹੁਤ ਵੱਡੇ ਸੈਗਮੈਂਟ ਨੂੰ ਕੈਟਰ ਕਰ ਰਿਹਾ ਮੈਂ ਉਹਦੀ ਗੱਲ ਕਰ ਰਿਹਾ ਸੋ ਦਿਸ ਇਜ਼ ਅ ਥਿੰਗ ਕਿ ਸਾਡੇ ਜਿਹੜੇ ਡਿਸੀਜਨ ਮੇਕਿੰਗ ਜੋ ਪਾਲਿਸੀ ਮੇਕਰ ਹੈ ਉਹਨਾਂ ਦਾ ਕਿਧਰੇ ਨਾ ਕਿਧਰੇ ਬਾਇਸਨੈਸ ਹੈ ਉਹ ਉਸ ਚੀਜ਼ ਨੂੰ ਦੇਖ ਹੀ ਨਹੀਂ ਪਾ ਰਿਹਾ ਕਿ ਸਿਸਟਮ ਚੱਲ ਕਿਸ ਤਰ੍ਹਾਂ ਰਿਹਾ ਸੋ ਉਹਨਾਂ ਦਾ ਬਾਇਸ ਵੀ ਹੈ ਸਾਡੀ ਕਮਿਊਨਿਟੀ ਵੀ ਉਹਨਾਂ ਤਰੀਕਿਆਂ ਦੇ ਨਾਲ ਇਸ ਸਭ ਦੇ ਨਾਲ ਨਹੀਂ ਜੁੜੀ ਇਨ ਟਰਮਸ ਆਫ ਕਿ ਇੱਕ ਨੰਬਰ ਜਾਂ ਆਰਟੀਕੂਲੇਟਡ ਨੰਬਰ ਜਾਂ ਐਗਜ਼ੈਕਟ ਨੰਬਰਸ ਜੀ ਅਸੀਂ ਹਮੇਸ਼ਾ ਐਵਰੇਜਸ ਤੇ ਕੰਮ ਕਰਦੇ ਹਾਂ ਉਹਨਾਂ ਦੀ ਆਵਾਜ਼ ਬਣਨ ਦੀ ਮੈਨੂੰ ਲੱਗਦਾ ਕਮਿਊਨਿਟੀ ਐਕਟਿਵਿਜ਼ਮ ਬੜਾ ਜ਼ਰੂਰੀ ਹੁੰਦਾ ਜਿਹੜਾ ਹਿਮੰਤ ਗੋਸਵਾਮੀ ਜੀ ਕਹਿ ਰਹੇ ਨੇ ਕਿ ਜਿੱਥੇ ਹਰ ਵਿਅਕਤੀ ਨੇ ਬਣਨਾ ਸੀ ਉੱਥੇ ਕੁਝ ਕੋਈ ਨੇ ਇਹਨਾਂ ਦਾ ਕਹਿਣਾ ਕਿ ਜੇ ਸਾਰੇ ਕਮਿਊਨਿਟੀ ਐਕਟਿਵਿਸਟਾਂ ਦੀ ਲਿਸਟ ਬਣਾਉਣ ਲੱਗੇ ਤਾਂ ਸ਼ਾਇਦ 4 ਪੰਨੇ ਵੀ ਨਾ ਭਰਨ ਕਿਉਂ 125 ਕਰੋੜ ਦੀ ਆਬਾਦੀ ਦੇ ਦੇਸ਼ ਵਿੱਚ ਕਮਿਊਨਿਟੀ ਐਕਟਿਵਿਸਟਾਂ ਦੇ ਨਾਵਾਂ ਨਾਲ 4 ਪੰਨੇ ਵੀ ਨਹੀਂ ਭਰਦੇ ਤਾਂ ਫਿਰ ਕਮਿਊਨਿਟੀ ਐਕਟਿਵਿਜ਼ਮ ਸਾਡੇ ਦੇਸ਼ ਦੇ ਵਿੱਚ ਨਵੇਂ ਸਮਾਜ ਦੀ ਰਚਨਾ ਦੇ ਇਸ ਸਰੋਕਾਰ ਨੂੰ ਕਿੱਥੋਂ ਤੱਕ ਲੈ ਪੋੜੇਗਾ ਇਸ 'ਤੇ ਚਰਚਾ ਜਾਰੀ ਰੱਖਾਂਗੇ ਪਰ ਇਸ ਬ੍ਰੇਕ ਤੋਂ ਬਾਅਦ।